आलू ब्रेनी बहुत बड़ी खबर है। आलू ब्रेनी बने सी आलू ब्रेनी पसो ना खाना। वाह जी वाह, वाह जी वाह, वाह जी वाह। हां जी अस्सलाम वालेकुम, उम्मीद करसा सारे पिंडा भरा ठीक होसो, लश्के होसो, खड़के होसो और लहरां विच होसो। मैं मंसूर जाट नाल इमरान मुगल कश्मीरी जनाब मुर्शिद साहब। अस्सलाम वालेकुम मुर्शिद। वालेकुम सलाम जी, क्या हाल है जी? देख सकते हो नाज़रीन सामने सामने कैसे हो जनाब? लश्के हैं, खड़के हैं, और सुनाओ तुसा? मैं ठीक ठाक जी। आप प्लेट चाहिए जी? अथा मला चुकी हुई है सामने सामने। आज क्या बनासो? आलू ता टमाटर चाहिए हुए हैं। आज बनासा जी आलू ब्रेनी। आलू ब्रेनी, आलू ब्रेनी, टमाटर ब्रेनी। आज आलू बसार बिरयानी जनाब बनासा। बहुत बड़ी खबर, आज बहुत बड़ी खबर है। आलू ब्रेनी बने सी आलू ब्रेनी। पहले चिप्स बनाते होते थे, हूँ आलू ब्रेनी बनासा। आज की खबर ताजी है, ये मच्छा आ रही, ये था टमाटर कुतरे हुए जी। बिल्कुल, आज आलू बिरयानी बनासा, आलू बसार बिरयानी बनासा। बहुत बड़ी खबर है, पहली बार जनाब आलू बसार बिरयानी बनासा। ते जनाब मुर्शिद साहब ढुके क्यों, क्या वजह? ढुके राती सुते रहने, मैं पूरी रात जाग रहा। अच्छा, चिल्ला कटने हो? प्याज कटी ओड़ेआ ए आलू बाई रहे, आलू प्याज बिरयानी ऐ तो जी। हूँ बल्ले बल्ले आलू गली रहे। ਇਹ ਇੱਕ ਬੰਦਾ ਆ। ਅਸਲਾਮ ਵਾਲੇਕਮ। ਵੈਲਕਮ ਸਲਾਮ, ਕੀ ਹਾਲ ਹੈ ਭਾਈ ਫਰਕ? ਠੀਕ ਹੋ ਜੀ? ਠੀਕ ਠਾਕ। ਕੁਦਰਤ ਅਚਾਨਕ ਵੀੜੇ ਖੁੱਲੇ ਹੋਏ ਤਾਂ ਇਹ ਕਹਿ ਲਵੰਤੇ ਹੋ? ਬਸ ਜੀ ਆਈ ਗਿਆ ਯਾਰ, ਮੈਂ ਹੰਡੀ ਚੰਗੀ ਪਕਾ ਦੇ ਜਦੋਂ ਤੱਕ ਹੀ ਜਵਾਸ। ਅੱਜ ਆਲੂ ਬਿਰਿਆਨੀ ਹੈ। ਆਲੂ ਬਿਰਿਆਨੀ ਹੈ ਤਾਂ ਅੱਲਾ ਕਰੇ ਆਲੂ ਬਿਰਿਆਨੀ ਪਕਾਉਣੇ ਲਈ ਸ਼ੈਤਾਂ ਸਵਾਦ ਹੈ ਜੀ। ਅੱਲਾ ਮਾੜੀ ਦਵਾ ਇਹ ਆ, ਕੋਈ ਹੈ ਕੋਈ ਪਕਾਉਣੀ ਹੈ, ਕੋਈ ਜਨਾਨੀ ਦਾ ਤਾਂ ਸਵਾਦ ਹੈ। ਕੀ ਆ ਅਸਾਂ ਸਿਰ ਪਕਾਉਣੇ? ਹੋਰ ਪਕਾਉਣੇ ਤਾਂ ਠੀਕ ਹੋ, ਪਰ ਜਨਾਨੀ ਸਾਰਾ ਨਿਜ਼ਾਮ ਨਹੀਂ ਚੱਲਦਾ। ਕੋਈ ਸਹੀ ਪਕਣੀ ਹੈ ਜੀ? ਬਿਲਕੁਲ ਸਰਕਾਰ ਬਣ ਗਿਆ ਚਾਵਲ। ਐ ਦੇਖੋ ਜੀ ਚਾਵਲ ਬਣੇ। ਅਸਾਂ ਜਨਾਬ ਪਹਿਲੀ ਵਾਰੀ ਆਲੂ ਬਸਾਰ ਬਿਰਿਆਨੀ ਬਣਾਉਣ ਗਿਆ ਪਹਿਲੀ ਵਾਰੀ। ਪਹਿਲੇ ਚਿਕਨ ਬਿਰਿਆਨੀ ਬਣਾ ਰਹੇ ਹਾਂ, ਪਹਿਲੀ ਵਾਰੀ ਜਨਾਬ ਤਕਣੇ ਸੋਏ ਆਪਣੇ ਲਈ ਉੜਿਆ। ਪਾਣੀ ਸੁੱਕ ਸੀ, ਉਸ ਤੋਂ ਬਾਅਦ ਨਿਸ਼ਾ ਤੱਕਣੇ ਆ ਸਾਡੀ ਬਿਰਿਆਨੀ। ਇਹ ਆਲੂ ਚਿਕਨ ਪਲੋ ਬਿਰਿਆਨੀ ਕਮਯਾਬ ਹੋਸੀ ਆ। ਅਗਲੇ ਆਲੂ ਜਾਸੀ ਤੱਕਣੇ ਆ ਪਹਿਲੀ ਵਾਰੀ ਵਾ। ਕਿਆ ਹੋ ਰਿਹਾ ਕਿਆ ਕਰਨੇ ਹੋ? ਕਿਹੜੀ ਗੇਮ ਖੇਡੀ ਰਹੇ ਹੋ? ਹਾਂ ਬੋਲੋ, ਹਾਂ ਕਿੱਥੇ ਬੋਲਦੇ ਹੋ? ਮਾਰੋ ਮੱਛੀ ਮਾਰੋ। ਬੋਲੋ, ਹਾਊ ਆਰ ਯੂ? ਕੈਸੇ ਹੋ? ਆਰ ਯੂ? ਆਈ ਐਮ ਗੁੱਡ। ਹਾਊ ਆਰ ਯੂ ਫਰਮ? ਬੋਲੋ।
ਭਾਈ ਫਰੂ ਕਿਹੜੇ ਕੰਮ ਭਾਈ ਫੂਕੇ ਕਿਹੜੇ ਕੰਮ ਲਈ ਉੜੀ ਹੋਏ ਜਗਦਾ ਐ ਤੱਕੋ ਜੀ ਪਾਣੀ ਸੁੱਕੀ ਗਿਆ ਹੁਣ ਪਾਣੀ ਸੁੱਕੀ ਗਿਆ ਅਸਾਂ ਹੁਣ ਜਨਾਬ ਦੇਸਾਂ ਦਵਾਂ ਇਸਕੀ ਤੱਕੋ ਜੀ ਮਾਸ਼ਾਅੱਲਾ ਪਾਣੀ ਸੁੱਕ ਗਿਆ ਹੁਣ ਦੇਣੀਆਂ ਦਵਾਂ ਇਹ ਤੱਕੋ ਜੀ ਕੁਝ ਹੋਈ ਗਿਆ ਐ ਤੱਕੋ ਜੀ ਅਸਾਂ ਹੁਣ ਦੇਣੀਆਂ ਪ੍ਰਿਸ ਨੇ ਦਵਾਂ ਹੁਣ ਤੁਸੀਂ 15 ਮਿੰਟ ਤੱਕ ਅਸੀਂ ਦਵਾਂ ਦੇਣੇ ਆ ਅੱਗ ਮੱਠੀ ਕਰੀ ਬੜੀ ਹੈ ਜੀ ਬਿਲਕੁਲ ਹੁਣ ਅਸਾਂ ਦਵਾਂ ਪੱਟਣਗੀਆਂ ਆਏ ਹਾਏ ਹੁਣ ਤੱਕਣੇ ਆ ਆਲੂ ਬਸਾ ਬਿਰਿਆਨੀ ਕੀ ਜੀ ਬਣਤੀ ਹੈ ਜਨਾਬ ਤੱਕਣੇ ਆ ਪਹਿਲੀ ਬਣਾਈ ਹੈ ਇਹ ਹੇ ਤੱਕਣੇ ਆ ਇਹ ਐਂ ਤਾਂ ਕੁਝ ਮਾਸ਼ਾਅੱਲਾ ਇੰਤਹਾਈ ਖੂਬਸੂਰਤ ਧੂੰਆਂ ਹੈਗਾ ਇੰਤਹਾਈ ਖੂਬਸੂਰਤ ਐਂ ਤਾਂ ਕੁਝ ਇੰਤਹਾਈ ਖੂਬਸੂਰਤ ਜਨਾਬ ਆਲੂ ਬਸਾਰ ਬਿਰਿਆਨੀ ਮਾਸ਼ਾਅੱਲਾ ਤੱਕ ਸਕਣੀ ਉਹ ਇੰਤਹਾਈ ਖੂਬਸੂਰਤ ਐਂ ਤਾਂ ਕੁਝ ਸਰਕਾਰ ਅਸਾਂ ਹੁਣ ਬਣ ਗਈਆਂ ਪਲੇਟਾਂ 'ਚ ਇੰਤਹਾਈ ਖੂਬਸੂਰਤ ਤੱਕਣੇ ਸੋ ਹੁਣ ਜਨਾਬ ਬਣ ਗਿਆ ਪਲੇਟਾਂ 'ਚ ਤੱਕੋ ਚਾਵਲ ਸੇਕੀ ਰਹੇ ਆ ਐਂ ਤੱਕਣੇ ਸੋ ਪਲੇਟ ਤਿਆਰ ਕਰਨੇ ਆ ਜਨਾਬ ਸਾਦਾ ਅੱਜ ਦੇਸੀ ਪਿਆਜ਼ ਤੇ ਬਣਿਆ ਖੀਰੇ ਹਾਂਜੀ ਬਾ ਫਾਰੁਕ ਚੱਕੋ ਬਿਰਿਆਨੀ ਕੈਸੀ ਬਣਦੀ ਵਾਲਾ ਜ਼ਬਰਦਸਤ ਬਣਦੀ ਜੀ ਚੈੱਕ ਕਰੋ ਠੀਕ ਹੈ ਸਹੀ ਬਣਦੀ ਹੈ ਜੀ ਇਹ ਅੱਜ ਆਲੂ ਬਿਰਿਆਨੀ ਹੈ ਪਹਿਲੀ ਵਾਰ ਬਣਾਈ ਹੈ ਕਿਆ ਬਣੇ ਹੋ ਜੀ ਐ ਚਿਕਨ ਹੋਣੀ ਦਾ ਫਿਰ ਤੂੰ ਕਿਆ ਕਰੇ ਬੋਲ ਫਿਰ ਤਾਂ ਬੋਲ ਤੁਸੀਂ ਹੋਰ ਖਾਣੇ ਸੇ ਚਾਵਲ ਵੀ ਜੰਗਾ ਪਕਾਣੇ ਚਾਵਲ ਕਿਰੇ ਆ ਸੋਣੀ ਪਕਾਣੇ ਦੇ ਜਿਹੜਾ ਜ਼ਿੰਦਗੀ ਕਰ ਰਹੀ ਹੈ ਜੇ ਬਲੀ ਮੈਂ ਉਹਨੀ ਕਰੇ ਕਸਮੇ ਨਹੀਂ ਪਕਾਏ ਜੇ ਵੈਸੇ ਮੁੱਖ ਲਾਣੇ ਹੋ ਹੈ ਹੂੰ ਜ਼ਬਰਦਸਤ ਸੱਚੀ ਗੱਲ ਹੈ ਲੋਏ ਬੋਲ ਕਿਰੇ ਹੂੰ ਸੇ ਬੋਲ ਜੀ ਰੱਜੀ ਖਾਏ ਅੱਜ ਫਿਰ ਹਾਂਜੀ ਇਹ ਹੁਣ ਜਨਾਬ ਅਗਲੇ ਦਿਨ ਦੀ ਵੀਡੀਓ ਆ ਤੱਕਣੇ ਉਸ ਐ ਤੱਕੋ ਜੀ ਜਨਾਬ ਬਿੱਲਾ ਲੇਟ ਰਿਹਾ ਹੈ ਨੱਚ ਰਿਹਾ ਹੈ ਇਹ ਦੇਖੋ ਰੋਟੀ ਮੰਗਤਾ ਹੈ ਖੇਡਦਾ ਹੈ ਇਹ ਦੇਖੋ ਇਹ ਖੇਡਦਾ ਹੈ ਨੱਚਦਾ ਹੈ ਬਾਕੀ ਮੌਸਮ ਚੈੱਕ ਕਰੋ ਜੀ ਰਾਤੀ ਕਾਫੀ ਬਾਰਿਸ਼ ਹੋਈ ਹੈ ਦੋ ਦਿਨ ਲਗਾਤਾਰ ਸਵੇਰੇ ਟਾਈਮ ਬਾਰਿਸ਼ ਹੋ ਰਹੀ ਹੈ ਤੱਕਣੇ ਉਸ ਮੌਸਮ ਇੰਤਹਾਈ ਖੂਬਸੂਰਤ ਹੋਈ ਆ ਤੱਕਣੇ ਉਸ ਹਾਂਜੀ ਮੁਰਸ਼ਦ ਕੀ ਅੱਖੀਆਂ ਮਿਲਣੇ ਉਹ ਹੈ ਰਹਿਣਾ ਆਲੂ ਬਿਰਿਆਨੀ ਖਾਈ ਮਸਤ ਹੋਈ ਹੋ ਆਲੂ ਬਿਰਿਆਨੀ ਬਸ ਸੀ ਖਾਦੀ ਹੈ ਤਾਂ ਕਰ ਨਹੀਂ ਖਾਦੀ ਸੀ ਤਾਂ ਹਾਂ ਵੀਡੀਓ ਅੱਜ ਅਗਲਾ ਪਾਰਟ ਨਾਲ ਜੁੜਨੀ ਹੈ ਮੈਂ ਬਾਹਰ ਹੋ ਗਿਆ ਸਰ ਚਾਹੇ ਹਾਂ ਤਾਂ ਉੱਠੋ ਰੋਟੀ ਖਾਈ ਸ਼ਾਮ ਜਰੇ ਜੁਲੇ ਉੱਠੋ ਉੱਠੋ ਸ਼ਾਮ ਮੈਂ ਨਾ 6 ਹੋ ਗਈ ਜੇ ਪੁੱਜਣੇ ਦਾ ਟਾਈਮ ਪੂਰਾ ਹੋ ਗਿਆ ਸੀ ਨਾ ਉੱਠੋ ਉੱਠੋ ਮੁਕੋ ਮੁਕੋ ਅੱਜ ਖਾਸ ਜੁਸਾਂ ਤੱਕ ਸੰ ਕਾ ਪੱਕੇ ਆ ਤੁਸੀਂ ਜਿਹੜੀ ਚੀਜ਼ ਪਸੰਦ ਕਰਸੋ ਤੁਸੀਂ ਕਾ ਖਾਣੇ ਜਾਣੇ ਹੋ ਮੈਂ ਖਾਣਾ ਚਾਹੁੰਦਾ ਜਿਸ
ਜਿਹੜੀ ਉੱਠ ਲਿਆ ਪਰਾਈਆਂ ਤੋਂ ਕੋ ਜੀ, ਜਿਹੜੀ ਉੱਠ ਲਿਆ ਪਰਾਈਆਂ ਤੋਂ ਕੋ ਨੌਜਵਾਨ ਰੋਟੀਆਂ ਲੱਗ ਰਿਹਾ ਜਨਾਬ ਤੁਸੀਂ ਦੱਸੋ, ਹੈ ਤਾਂ ਕੋਈ ਜੀ ਪੇੜੇ ਮਰ ਰਿਹਾ ਜਨਾਬ ਸਰ, ਕਿਆ ਰੋਟੀਆਂ ਬੜੇ ਭੁੱਲ ਪਾਉਂਦੇ ਹੋ ਸਰ ਜੀ, ਠੀਕ ਹੋ ਫਿਟ ਫਾਟ, ਕੰਮ ਰੱਖੀ ਠੀਕ ਹੈ ਜਾਂ ਮਾੜਾ? ਨਹੀਂ ਠੀਕ ਹੈ, ਸੜਕਾਂ ਹੀ ਮਾੜੀਆਂ ਹੋ ਗਈਆਂ, ਸੜਕਾਂ ਸਰ ਠੀਕ ਹਨ, ਕਿਆ ਕਿਆ ਪੱਕੇ ਅੱਜ ਮੈਂ ਦੇਖਣੇ ਆ, ਇਹ ਆਲੂ ਗੋਭੀ ਦਾਲ ਮੁਰਗਾ ਦਾਲ ਪੋਠੀ, ਜਲ ਫਰੀਦ ਮਿਸ਼ੀ ਖਤਮ ਹੋ ਗਈ ਅੱਜ, ਪੱਕੋ ਜੀ ਇਹ ਸਭ ਦੇ ਰਹੇ ਹੋ ਜੀ ਜਾਂ ਇਹ ਤੁਸੀਂ ਆਉਂਦੀ ਹੋ? ਵਾਹ ਜੀ ਵਾਹ, ਹੈ ਤਾਂ ਕੋਈ ਸਰਕਾਰ ਜੀ। ਹਾਂਜੀ ਨੌਜਵਾਨ ਸੜਕਾਂ ਲੱਗੀ ਰਿਹਾ ਜਾ, ਉਹ ਜਨਾਬ ਫਰਾਈ ਕਰ ਸਕਦੇ ਕਿਵੇਂ ਦੱਸੋ, ਮਿਰਚਾਂ ਪਾ ਕੇ ਸਮਾਂ ਨਹੀਂ ਵੀਡੀਓ ਤੁਸੀਂ ਬਾਈ ਰੋਲੇ ਪਏ ਜੀ ਤਾਂ ਜੀ। ਅੱਛਾ ਜੀ, ਹਾਂ ਕਈ ਬੰਦੇ ਨੇ ਤੁਸੀਂ ਲਾ ਕੇ ਨੇ ਵੀਡੀਓ ਕੱਟੋ, ਮੈਂ ਹੋਰ ਕਹਿ ਮੈਂ ਕਿਹਾ ਬੜੇ ਪੇਜਾਂ ਵਿੱਚ ਸ਼ੇਅਰ ਕਰੀ ਉੜੀ ਹੈ, ਇਹ ਕੀ ਬੰਦੇ ਆਣੇ ਨੇ, ਕੀ ਬੰਦੇ ਸਿਆਣੇ ਬਸ ਬੰਦੇ ਜਿਹੜੇ ਨੇ ਮੁਖਾਲਫ ਹਨ। ਅੱਛਾ, ਇੱਕ ਬੰਦੇ ਨੇ ਕਿਹਾ ਰੋਡ ਪਹੁੰਚਾਉਣੀ, ਇੱਕ ਬੰਦੇ ਨੇ ਕੱਟੋ, ਮੁਰਸ਼ਿਦ ਹੁਣ ਕਿਆ ਕਰਨਗੇ ਉਹ? ਹਾਂ ਨਹੀਂ ਮੁਰਸ਼ਿਦ ਹੁਣ ਵਜ਼ਨ ਤੋਂ ਸੇ ਕਿਤਨਾ ਆਇਆ? ਹਾਂ ਬਿਸਮਿਲਲਾਹ ਰਹਿਮਾਨ ਰਹੀਮ, ਇੱਕ ਲੋਕ ਸਬਜ਼ੀ ਸਭ ਪਤਾ ਇਸ ਤਾਂ ਜੀ ਸਰ 60 ਕਿਲੋ ਹੈ, ਕਿਤਨਾ 60 ਕਿਲੋ ਠੀਕ ਹੈ ਨਾ, 60 ਕਿਲੋ ਬਸ ਆ ਜਾਂਦਾ ਸਭ ਦੇ ਨਾਲ ਗੁੜਿਆ ਦਾ 50 ਕਿਲੋ ਅੱਲਾ ਮਾਣਾ ਕਿਤਨਾ ਮਾਣਾ ਕਿਤਨਾ ਕਿਸੇ ਚੱਕ ਕੋਈ ਲਿਓ ਜੀ ਮੁਰਸ਼ਿਦ ਲਿਓ ਅੱਧਾ ਕਿਲੋ ਫਰਕ ਹੈ ਖਾਲੀ, ਚਲੋ ਹੁਣ ਇੱਥੇ ਹੁਣ ਯਾਦ ਇੱਥੇ ਵਜ਼ਨ ਸ਼ਾਮੀ ਤੋੜਿਆ ਕਰ ਸਾਰ ਮਹੀਨੇ ਪਰਸੀ ਤੇ ਮਹੀਨੇ ਬਾਅਦ ਵਜ਼ਨ ਤੋਲੋ।